ਹੁਣ ਮੈਂ ਇੱਥੇ ਇਹ ਪੁੱਛਣਾ ਚਾਹਾਂਗਾ ਕਿ ਅਸੀਂ ਪਹਿਲੇ ਗੱਲ ਕੀਤੀ ਕਿ ਧਰਤੀ ਉੱਤੇ ਪ੍ਰਭਾਵ ਪੈ ਰਿਹਾ ਫੈਸ਼ਨ ਦੇ ਕਾਰਨ ਧਰਤੀ ਉੱਤੇ ਬੜਾ ਜਿਹੜਾ ਹੈ ਕਿ ਨੈਗੇਟਿਵ ਪ੍ਰਭਾਵ ਪੈ ਜੀ ਗਲਤ ਤੇ ਕਿਹੜੀਆਂ ਐਸੀਆਂ ਗਤੀਵਿਧੀਆਂ ਹਨ ਜੋ ਇਹ ਪ੍ਰਭਾਵ ਨੂੰ ਪਾ ਰਹੀਆਂ ਹਨ ਦੇਖੋ ਸਭ ਤੋਂ ਵੱਡੀ ਤਾਂ ਇਹਦੇ ਵਿੱਚ ਇੱਕ ਮਾਨਸਿਕਤਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜਿਵੇਂ ਮੈਂ ਪਹਿਲੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਦੂਸਰਾ ਐਸਪੈਕਟ ਇਹਦੇ ਵਿੱਚ ਆਉਂਦਾ ਹੈ ਦ ਬਿਗ ਫੈਟ ਇੰਡੀਅਨ ਵੈਡਿੰਗਸ ਜਿਵੇਂ ਹੈ ਨਾ ਅਸੀਂ ਹਰ ਕੋਈ ਫੰਕਸ਼ਨ 'ਤੇ ਜਾਂਦੇ ਹਾਂ ਇੱਕ ਡਰੈਸ ਜ਼ਿਆਦਾ ਤੋਂ ਜ਼ਿਆਦਾ ਨਾਨਕੇ ਪਾ ਲਈ ਫਿਰ ਦਾਦਕੇ ਪਾ ਲਈ ਉਸ ਤੋਂ ਬਾਅਦ ਤਾਂ ਉਹਨੂੰ ਪਾਉਣ ਦਾ ਮਤਲਬ ਹੀ ਨਹੀਂ ਬਣਦਾ ਹੈ ਨਾ ਸੋ ਇਹ ਬਿਹੇਵੀਅਰ ਜਿਹੜਾ ਸਾਡਾ ਹੈਗਾ ਇਹਨੂੰ ਬਦਲਣ ਦੀ ਲੋੜ ਹੈ ਅਗਰ ਸਪੋਜ਼ ਤੁਸੀਂ ਇੱਕ ਵੈਡਿੰਗ ਵਿੱਚ ਇੱਕ ਕੱਪੜਾ ਪਾ ਲਿਆ ਨਹੀਂ ਰਿਪੀਟ ਕਰਨਾ ਚਾਹੁੰਦੇ ਨਾ ਕਰੋ ਬਟ ਤੁਹਾਡੀ ਕੋਈ ਭੈਣ ਹੋਏਗੀ ਫਰੈਂਡ ਹੋਏਗੀ ਉਹਦੇ ਨਾਲ ਵਾਈ ਡੋਂਟ ਯੂ ਸਵਾਪ ਇਟ ਐਕਸਚੇਂਜ ਕਰੋ ਜੀ ਹੈ ਨਾ ਤੇ ਤੁਹਾਨੂੰ ਵੀ ਨਵੀਂ ਡਰੈਸ ਮਿਲ ਗਈ ਉਹਨੂੰ ਵੀ ਨਵੀਂ ਡਰੈਸ ਮਿਲ ਗਈ ਚਾਰ ਪੰਜ ਛੇ ਲੱਖ ਦਾ ਇੱਕ ਲਹਿੰਗਾ ਪਾ ਲਿਆ ਔਰ ਉਹ ਫਿਰ ਉਸ ਤੋਂ ਬਾਅਦ ਕਿੱਥੇ ਗਿਆ ਕਦੀ ਵੀ ਦੁਬਾਰਾ ਨਹੀਂ ਪਾਉਣਾ ਕਿਉਂਕਿ ਅਸੀਂ ਦੁਲਹਨ ਇੱਕ ਵਾਰ ਬਣਨਾ ਹੈ ਨਾ ਤੇ ਉਸ ਲਹਿੰਗੇ ਦਾ ਕੀ ਕਰੀਏ ਉਹਦੀ ਥਾਂ ਤੇ ਅਗਰ ਉਸ ਲਹਿੰਗੇ ਨੂੰ ਅਸੀਂ ਰੈਂਟ ਕੀਤਾ ਹੁੰਦਾ ਤੇ ਇੱਕ ਵਾਰੀ ਮੈਂ ਪਾਇਆ ਉਹ ਰੈਂਟ ਲੈ ਕੇ ਅਗਲੀ ਵਾਰ ਕੋਈ ਹੋਰ ਪਾਏਗਾ ਉਸ ਤੋਂ ਅਗਲੀ ਵਾਰ ਕੋਈ ਹੋਰ ਪਾਏਗਾ ਔਰ ਹਰ ਇੱਕ ਦੀ ਲੁੱਕ ਅਲੱਗ ਆਉਣ ਵਾਲੀ ਹੈ ਕਿਉਂਕਿ ਜੋ ਅਸੈਸਰੀਜ਼ ਅਸੀਂ ਲਗਾਵਾਂਗੇ ਜੋ ਮੇਕਅਪ ਕਰਾਂਗੇ ਹੈ ਨਾ ਜਿਸ ਤਰੀਕੇ ਨਾਲ ਉਹਦਾ ਦੁਪੱਟਾ ਪਾਵਾਂਗੇ ਉਹ ਬਿਲਕੁਲ ਅਲੱਗ ਲੁੱਕ ਆਉਣ ਵਾਲੀ ਹੈ ਤੋ ਅਸੀਂ ਬਿਲਕੁਲ ਅਲੱਗ ਲਗਾਂਗੇ ਔਰ ਸੋਨੇ ਲਗਾਂਗੇ ਔਰ ਸਭ ਤੋਂ ਵਧੀਆ ਗੱਲ ਕਿ ਅਸੀਂ ਧਰਤੀ ਵਾਸਤੇ ਸਹੀ ਹੋਵਾਂਗੇ ਜੀ ਬਿਲਕੁਲ